40 ਕਰੋੜ ਦੀ ਲਾਗਤ ਨਾਲ ਸਨ 2016 ਵਿੱਚ ਬਣੀ ਫਾਜ਼ਿਲਕਾ ਡਿਪਟੀ ਕਮਿਸ਼ਨਰ ਕੰਪਲੈਕਸ ਦੀ ਬਹੁ ਮੰਜ਼ਲੀ ਇਮਾਰਤ ਘਟੀਆ ਮਟੀਰੀਅਲ ਦਾ ਪ੍ਰਯੋਗ ਹੋਣ ਕਾਰਨ ਅੱਜ ਜਰਜਰ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਮਾਤਰ 3 ਸਾਲਾਂ ਵਿੱਚ ਇਹ ਇਮਾਰਤ ਜਗ੍ਹਾ ਜਗ੍ਹਾ ਤੋਂ ਖਰਾਬ ਹੋ ਚੁੱਕੀ ਹੈ। ਇਸ ਬਿਲਡਿੰਗ ਨੂੰ PWD B&R ਨੇ ਬਣਾਇਆ ਸੀ। ਕੰਟਰੈਕਟ ਦੀਆਂ ਸ਼ਰਤਾਂ ਅਨੁਸਾਰ ਇਸ ਬਿਲਡਿੰਗ ਦੀ ਮਿਆਦ 100 ਸਾਲ ਦੱਸੀ ਜਾ ਰਹੀ ਹੈ। ਹੁਣ ਇਸ ਬਿਲਡਿੰਗ ਦੀ ਦਸ਼ਾ ਦੱਸ ਰਹੀ ਹੈ ਕਿ ਇਹ ਆਪਣੀ ਮਿਆਦ ਤੋਂ ਕਾਫੀ ਸਾਲ ਪਹਿਲਾਂ ਹੀ ਧਰਾਸ਼ਾਈ ਹੋ ਜਾਵੇਗੀ। ਸਵਾਲ ਇਹ ਹੈ ਕਿ ਇੰਨਾ ਪੈਸਾ ਖਰਚ ਕੇ ਵੀ ਅਗਰ ਇਮਾਰਤ ਮਾਤਰ 3 ਸਾਲਾਂ ਬਾਅਦ ਜਰਜਰ ਹੋ ਚੁੱਕੀ ਹੈ ਤਾਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਬਿਲਡਿੰਗ ਵਿੱਚ ਕਈ ਵਿਭਾਗਾਂ ਦੇ ਦਫ਼ਤਰ ਹਨ। ਜਦੋਂ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਦੇ ਵਿੱਚ ਦੱਸਿਆ ਕਿ ਉਹ ਡਰ ਦੇ ਸਾਏ ਹੇਠ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਉਹਨਾਂ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਜਿਸ ਤੇਜ਼ੀ ਨਾਲ ਇਹ ਇਮਾਰਤ ਆਪਣੀ ਹੋਂਦ ਗਵਾ ਰਹੀ ਹੈ ਉਸ ਨੂੰ ਦੇਖਦਿਆਂ ਤਾਂ ਇਹ ਲੱਗਦਾ ਹੈ ਕਿ ਕਿਸੇ ਦਿਨ ਇਹ ਧਰਾਸ਼ਾਈ ਹੋ ਜਾਵੇਗੀ ਅਤੇ ਇੱਕ ਵੱਡੇ ਹਾਦਸੇ ਨੂੰ ਅੰਜਾਮ ਦੇਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਖਬਰ ਦਿਖਾਏ ਜਾਣ ਤੋਂ ਬਾਅਦ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸਾਹਿਬ ਕੁਝ ਐਕਸ਼ਨ ਲੈਂਦੇ ਹਨ ਜਾਂ ਪਹਿਲਾਂ ਦੀ ਹੀ ਤਰ੍ਹਾਂ ਮੂਕ ਦਰਸ਼ਕ ਬਣ ਕੇ ਇਸ ਨੂੰ ਖੰਡਰ ਬੰਦਿਆਂ ਦੇਖਦੇ ਰਹਿਣਗੇ ਅਤੇ ਕਿਸੇ ਹਾਦਸੇ ਦਾ ਇੰਤਜ਼ਾਰ ਕਰਨਗੇ। ਫਾਜ਼ਿਲਕਾ ਤੋਂ HS ਆਜਮ ਵਾਲੀਆ ਦੀ ਵਿਸ਼ੇਸ਼ ਰਿਪੋਰਟ। ਸਰ, ਇੱਕ DC ਕੰਪਲੈਕਸ ਜਿਹੜਾ ਜੀ ਤੁਹਾਡੀ ਦੇਖ ਰੇਖ ਚ ਬਣਿਆ ਸੀਗਾ, ਹਾਂਜੀ, ਉਹਦੀ ਲਾਗਤ ਕਿੰਨੀ ਸੀ ਜੀ? ਉਹਦੀ ਅਜੇ ਉਹਦਾ ਪੇਮੈਂਟ ਪੂਮੈਂਟ ਰਹਿੰਦੀ ਆ, ਤਾਂ ਲਾਗਤ ਹੁਣ ਮੈਨੂੰ ਜਵਾਨੀ ਤਾਂ ਯਾਦ ਨੀ ਹੈਗਾ, 38.79 ਸੀਗੀ, ਫਿਰ ਵਧਾ ਕੇ 40 ਕੁਛ ਹੋਈ ਸੀਗੀ, 40.76 ਕਰੋੜ ਹੋਈ ਸੀ। ਠੀਕ ਹੈ ਸਰ, ਹਾਂਜੀ। ਤੇ ਸਰ ਉਹਦੀ ਜਿਹਦੀ ਲਾਈਫ ਕਿੰਨੀ ਸੀਗੀ, ਮਤਲਬ ਕੰਟਰੈਕਟ ਦੇ ਹਿਸਾਬ ਨਾਲ? ਕੰਟਰੈਕਟ ਉਹਦਾ 2 ਸਾਲ ਦਾ ਸੀਗਾ ਜੀ। ਨਹੀਂ ਨਹੀਂ, ਉਹਦੀ ਮਨਿਆਦ ਕਿੰਨੀ ਹੈ ਬਿਲਡਿੰਗ ਦੀ? ਮਨਿਆਦ ਤਾਂ ਬਿਲਡਿੰਗ ਦੀ ਸਰਕਾਰ ਦੀ 100 ਸਾਲ ਦੀ ਮਨਿਆਦ ਹੁੰਦੀ ਆ। ਅੱਛਾ ਸਰ, ਸਰ ਦਿੱਕਤ ਇਹ ਹੈ ਕਿ ਹਾਲ ਦੀ ਘੜੀ ਦੇ ਵਿੱਚ ਉਹਦੀ ਮਨਿਆਦ ਜਿਹੜੀ ਘੱਟ ਕੇ 10 ਸਾਲ ਰਹਿ ਗਈ। ਅੱਛਾ ਜੀ, ਕਿਉਂਕਿ ਉਹ ਥਾਂ ਥਾਂ ਤੋਂ ਬਿਲਕੁਲ ਹੀ ਤਰੇੜਾਂ ਆ ਗਈਆਂ, ਟੁੱਟ ਭੱਜ ਹੋ ਗਈ, ਸ਼ੁਰੂ ਹੋ ਚੁੱਕੀ ਹੈ ਉਹਦੀ। ਠੀਕ ਹੈ ਜੀ, ਤੇ ਲੋਕਾਂ ਦਾ ਕਹਿਣਾ ਹੈ ਕਿ ਇਹਦੇ ਚ ਜਿਹੜਾ ਨਾ ਮਟੀਰੀਅਲ ਬਹੁਤ ਘਟੀਆ ਮਟੀਰੀਅਲ ਲਾਇਆ ਗਿਆ ਤਾਂ ਇਹਦੀ ਇਹ ਦੁਰਦਸ਼ਾ ਹੋ ਰਹੀ ਹੈ ਬਿਲਡਿੰਗ ਦੀ। ਇਹਦੇ ਬਰਾਬਰ ਹੀ ਫਿਰੋਜ਼ਪੁਰ ਵਾਲਾ ਇੱਕ ਬਣਿਆ, ਤੁਸੀਂ ਉਹਦੀ ਜਾ ਕੇ ਦਸ਼ਾ ਦੇਖ ਲਿਓ, ਪੈਰਲਲ ਹੀ ਬਣਿਆ। ਬਿਲਡਿੰਗ ਡਿੱਗ ਜਾਏਗੀ ਜੀ, ਹੋ ਜਾਏਗਾ, ਏਡੀ ਨੀ ਗੱਲ। ਨਹੀਂ ਨਹੀਂ, ਮਤਲਬ ਲਾਇਬਿਲਟੀ ਹੈਗੀ ਹੈ ਤੁਹਾਡੀ ਵੀ, 100 ਸਾਲ ਚੱਲੇਗੀ? ਬਿਲਕੁਲ ਚੱਲੇਗੀ ਜੀ। ਠੀਕ ਹੈ ਸਰ।